ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਣੇ ਚੈਨਲ ਸੰਧੂ ਫੈਮਿਲੀ ਕੁਕਿੰਗ ਐਂਡ ਵਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਤੇ ਟਾਈਮ ਹੈਗਾ ਜੀ ਹੁਣ 11 ਵੱਜ ਗਏ 11 ਵੱਜ ਗਏ 11 ਵੱਜੇ ਹੋਣੇ 11 ਵੱਜ ਗਏ ਨੇ। ਅਤੇ ਬੀਬੀ ਦੇ ਮੈਂ ਹੀ ਹਾਂ, ਤੁਹਾਨੂੰ ਪਤਾ ਹੀ ਹੈ, ਬਠਿੰਡੇ ਸਾਰੇ ਗਏ ਹੋਏ ਨੇ ਬੱਚੇ ਤਾਂ। ਅਤੇ ਹੁਣ ਅਸੀਂ ਵਿਹਲੇ ਹੋਏ ਸੀਗੇ, ਸਿਰ ਮੱਤੀ ਆ, ਜਿਵੇਂ ਵਾਲ ਧੋਏ ਬਹੁਤ ਗੰਦੇ ਹੋਏ ਸੀ ਗਰਮੀ ਨਾਲ, ਤੀਜੇ ਕਿਹੜੇ ਗੰਦਾ ਹੋ ਜਾਂਦਾ, ਐਂ ਲੱਗਦਾ ਵਾਲ ਧੋ ਲਈਏ ਇਹਨੂੰ। ਅਤੇ ਹੁਣ ਅਸੀਂ ਵਿਹਲੇ ਹੋਏ ਹਾਂ ਅਤੇ ਬੀਬੀ ਕਹਿੰਦੀ ਹੁਣ ਬਣਾ ਚਾਹ, ਫਿਰ ਥਕੇਵਾਂ ਲੱਥੂਗਾ। ਅਤੇ ਹੁਣ ਆਪਾਂ ਚਾਹ ਬਣਾਉਣੀ ਆ ਅਤੇ ਉਸ ਤੋਂ ਬਾਅਦ ਸਬਜ਼ੀ ਸੁਬਜ਼ੀ ਬਣਾਵਾਂਗੇ, ਕਿਉਂਕਿ ਸ਼ਾਮ ਨੂੰ ਅੱਜ 4 ਵਜੇ ਮਾਮਾ ਜੀ ਦੇ ਘਰ ਸੁਬਜ਼ੀ ਸਾਡਾ ਪਾਠ ਹੈ। ਸਾਡੇ ਮਾਮਾ ਜੀ ਵੀ ਇੱਥੇ ਹੀ ਰਹਿੰਦੇ ਨੇ, ਬਠਿੰਡੇ ਸ਼ਹਿਰ ਦੇ ਵਿੱਚ ਸਾਡਾ ਸਾਰਾ ਲਾਣਾ ਬਣਾ ਰਹਿੰਦਾ। ਸੋ ਸ਼ਾਮ ਨੂੰ 4 ਵਜੇ ਅਸੀਂ ਜਾਣਾ ਹੈਗਾ ਪਾਠ 'ਤੇ। ਬੀਬੀ ਨੂੰ ਤੁਸੀਂ ਮਿਲ ਲਓ, ਸੁਣਿਆ ਨਹੀਂ ਬੀਬੀ ਨੂੰ, ਬੀਬੀ ਮਿਲ ਲਾ ਯੂਟਿਊਬ ਫੈਮਿਲੀ ਨੂੰ, ਬੀਬੀ ਹੱਸ ਕੇ ਦਿਖਾ ਦਿੰਦੀ। ਗਰਮੀ ਬਹੁਤ ਹੈ, ਗਰਮੀ ਨੇ ਤਾਂ ਬੱਸ ਕਰਾਈ ਪਈ ਹੈ। ਅਤੇ ਹੁਣ ਬੀਬੀਆਂ ਨੇ ਚਾਹ ਬਣਾ ਥੋੜ੍ਹਾ ਜਿਹਾ, ਫਿਰ ਆਪਾਂ ਟਹਿਕ ਜੀ 'ਚ ਹੋਵਾਂਗੇ, ਕਿਉਂਕਿ ਗਰਮੀ ਨੇ ਮੱਤ ਮਾਰੀ ਪਈ ਹੈ। ਚਾਹ ਤਾਂ ਪੀਂਦੇ ਹਾਂ, ਗਰਮੀ ਨੂੰ ਗਰਮੀ ਮਾਰਦੀ ਹੈ ਕਹਿੰਦੇ ਹੁੰਦੇ ਆ। ਸੋ ਪਹਿਲਾਂ ਤਾਂ ਰੋਟੀ ਨਾਲ ਲੱਸੀ ਪੀਤੀ ਸੀ, ਪਰ ਰੋਟੀ ਖਾਧੀ ਹੁਣ ਤਾਂ ਹੋ ਗਏ 2 ਘੰਟੇ। ਲਓ ਵੀ ਆਪਾਂ ਸਿਰ ਸੁਰ ਨਹਾ ਕੇ ਬੀਬੀ ਤੋਂ ਲਵਾ ਲਿਆ ਤੇਲ, ਅਤੇ ਹੁਣ ਵਾਲ ਵੂਲ ਵਾਹਲੇ ਨਹੀਂ। ਅਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਾਂ ਮਾਮਾ ਜੀ ਦੇ ਘਰ ਜਾਣਾ ਸੁਖਮਨੀ ਸਾਹਿਬ ਦੇ ਪਾਠ 'ਤੇ, ਮਾਮਾ ਜੀ ਸਾਡੇ ਲੋਕਲ ਹੀ ਰਹਿੰਦੇ ਨੇ। ਅਤੇ ਬੀਬੀ ਪਾਠ ਕਰਦੀ ਸੀ ਅਤੇ ਮੈਂ ਕਿਹਾ ਚਲੋ ਉਨੀ ਦੇਰ 'ਚ ਮੈਂ ਦਾਲ ਬਣਾ, ਕਿਉਂਕਿ 4 ਵਜੇ ਜਾਣਾ ਅਤੇ ਫਿਰ ਨਾ ਉੱਥੇ ਟਾਈਮ ਲੱਗ ਜੂਗਾ। ਅਤੇ ਆਪਾਂ ਬਣਾ ਰਹੇ ਹਾਂ ਅੱਜ ਸਾਬਤ ਮੂੰਗੀ ਦੀ ਦਾਲ, ਅਤੇ ਉਸ ਤੋਂ ਬਾਅਦ ਮੈਂ ਇੱਕ ਵੀਡੀਓ ਵੀ ਬਣਾਉਣੀ ਆ ਫਸਟ ਚੋਇਸ ਚੈਨਲ ਵਾਸਤੇ, ਅਤੇ ਬੀਬੀ ਉਹਦੇ ਵਿੱਚ ਪਾਠ ਕਰਨ ਅਤੇ ਮੈਂ ਦਾਲ ਬਣਾਉਂਗੀ। ਲਓ ਜੀ, ਸਾਬਤ ਮੂੰਗੀ ਦੀ ਦਾਲ ਆਪਾਂ ਕੱਢ ਕੇ ਰੱਖੀ ਹੋਈ ਹੈ, ਅਤੇ ਇੱਧਰ ਸਮਾਨ ਰੱਖਿਆ ਹੋਇਆ, ਪਿਆਜ਼, ਟਮਾਟਰ ਅਤੇ ਲਸਣ ਵੀ ਹੈ ਨੀਚੇ। ਪਹਿਲਾਂ ਸਲਾਹ ਸੀਗੀ ਕਿ ਪਕੌੜੇ ਬਣਾ ਲਈਏ, ਪਰ ਉਸ ਤੋਂ ਬਾਅਦ ਫਿਰ ਸਾਡੀ ਸਲਾਹ ਬਦਲ ਗਈ, ਇਸ ਕਰਕੇ ਪਹਿਲਾਂ ਪਕੌੜੇ ਕੱਢੇ ਸੀਗੇ, ਫਿਰ ਸਲਾਹ ਬਦਲ ਗਈ ਕਿ ਆਪਾਂ ਦਾਲ ਬਣਾਉਣੇ ਹਾਂ। ਸੋ ਹੁਣ ਬਣਾ ਰਹੇ ਹਾਂ ਆਪਾਂ ਦਾਲ, ਅਤੇ ਪਹਿਲਾਂ ਮੈਂ ਤੜਕਾ ਕੱਟਦਾ, ਕਿਉਂਕਿ ਮੈਂ ਤੜਕਾ ਪਹਿਲਾਂ ਹੀ ਲਾ ਦੂੰਗੀ। ਲਓ ਜੀ, ਲਸਣ ਅਤੇ ਟਮਾਟਰ ਅਤੇ ਪਿਆਜ਼ ਆਪਾਂ ਪਾ ਦੇਣੇ, ਲਸਣ ਮੈਂ ਕੱਟੀ ਨਹੀਂ ਹੈਗੀ, ਕਿਉਂਕਿ ਬਾਅਦ 'ਚ ਇਹ ਦਾਲ ਆਪਾਂ ਘੁੱਟਣੀ ਹੈ, ਜਦੋਂ ਘੁੱਟਦੇ ਹਾਂ ਤਾਂ ਉਦੋਂ ਫਿਰ ਇਹ ਬਣ ਜਾਂਦੀ ਹੁੰਦੀ ਹੈ। ਅਤੇ ਮੈਂ ਇਹਨੂੰ ਤੜਕਾ ਨਹੀਂ ਲਾ ਰਹੀ, ਮੈਂ ਵਿੱਚ ਹੀ ਦਾਲ ਪਾਉਂਗੀ, ਵਿੱਚ ਹੀ ਸਾਰਾ ਕੁਛ ਪਾ ਕੇ ਇਹਨੂੰ ਸਿਮ 'ਤੇ ਰੱਖ ਦੂੰਗੀ, ਅਤੇ ਉਸ ਤੋਂ ਬਾਅਦ ਆਪਾਂ ਬਸ ਜੀਰੇ ਦਾ ਤੜਕਾ ਲਾਵਾਂਗੇ ਇਕੱਲਾ ਲਾਸਟ ਦੇ ਵਿੱਚ। ਹੁਣ ਮੈਂ ਸਾਰਾ ਕੁਛ ਪਾ ਤਾ, ਇਹਦੇ ਵਿੱਚ ਥੋੜ੍ਹਾ ਜਿਹਾ ਮੈਂ ਪਾ ਦੂੰਗੀ ਘੀ ਅਤੇ ਦਾਲ ਪਾ ਦੂੰਗੀ ਇਹਦੇ 'ਚ, ਅਤੇ ਫਿਰ ਆਪਾਂ ਇਹਨੂੰ ਸਿਮ 'ਤੇ ਢੱਕ ਕੇ ਰੱਖ ਦਾਂਗੇ ਕੁੱਕਰ ਨੂੰ, ਠੀਕ ਹੈ ਜੀ। ਲਓ ਜੀ, ਦਾਲ ਵੀ ਪਾਤੀ ਇਹਦੇ ਵਿੱਚ, ਪਾਣੀ ਪਾ ਤਾ। ਹੁਣ ਆਪਾਂ ਪਾਉਣੇ ਹਾਂ ਇਹਦੇ ਵਿੱਚ ਨਮਕ ਮਿਰਚ ਮਸਾਲੇ, ਮਸਾਲੇ ਤੁਹਾਨੂੰ ਦੱਸਿਆ ਆਪਾਂ ਜ਼ਿਆਦਾ ਪਾਉਂਦੇ ਨਹੀਂ ਹੈਗੇ, ਬਸ ਹਲਦੀ, ਮਿਰਚ ਅਤੇ ਨਮਕ। ਲਓ ਜੀ, ਮਿਰਚ ਥੋੜ੍ਹੀ ਜਿਹੀ ਮੈਂ ਘੱਟ ਰੱਖਦੀ ਹਾਂ, ਇਹ ਤਾਂ ਖਾਂਦੇ ਆ ਜ਼ਿਆਦਾ, ਪਰ ਮੈਂ ਨਹੀਂ ਖਾ ਸਕਦੀ, ਇਸ ਕਰਕੇ ਆਪਾਂ ਮਿਰਚਾਂ ਨੂੰ ਥੋੜ੍ਹਾ ਜਿਹਾ ਅਵੋਇਡ ਕੀਤਾ, ਘੱਟ ਪਾਈ ਹੈ। ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਦੇਸੀ ਘੀ ਥੋੜ੍ਹਾ ਜਿਹਾ, ਤਾਂ ਆਪਾਂ ਅੰਦਾਜ਼ੇ ਨਾਲ ਹੀ ਪਾ ਦੇਣਾ। ਚਲੋ ਜੀ, ਆਪਾਂ ਇਹਨੂੰ ਬੰਦ ਕਰ ਦਿੰਦੇ ਹਾਂ ਕੁੱਕਰ ਨੂੰ, ਅਤੇ ਸਿਮ 'ਤੇ ਰੱਖ ਦਿੰਦੇ ਹਾਂ, ਅਤੇ ਥੋੜ੍ਹੀ ਦੇਰ 'ਚ ਬਣ ਜੂਗੀ, ਇੱਕ ਵਾਰ ਵਾਲਾ ਆ ਜਾਣ ਦਿੰਦੇ ਹਾਂ, ਪਾਣੀ ਗਰਮ ਹੋ ਜੂਗਾ, ਫਿਰ ਸਿਮ 'ਤੇ ਕਰਾਂਗੇ। ਲਓ ਜੀ, ਬੀਬੀ ਹੋ ਗਈ ਰੈਡੀ,
ਅੱਧ ਵਿਚਾਲੇ ਆ ਰੈਡੀ ਅਤੇ ਹੁਣ ਜਾਣਾ ਹੈਗਾ ਮੰਮਾ ਜੀ ਦੇ ਘਰ, ਹੈ ਨਾ, ਟਾਈਮ ਹੋ ਗਿਆ ਅਤੇ ਆਪਾਂ ਦਾਲ ਵੇਖ ਲਈਏ ਕਿਵੇਂ ਆ। ਦਾਲ ਆਪਣੀ ਖੋਲ੍ਹ ਕੇ ਗਈ ਸੀ ਮੈਂ, ਲਓ ਦਾਲ ਆਪਣੀ ਬਿਲਕੁਲ ਬਣੀ ਪਈ ਹੈ ਐਨ ਵਧੀਆ। ਅਤੇ ਦੇਖੋ ਸਾਰਾ ਕੁਛ ਮੈਂ ਵਿੱਚ ਸਾਬਤ ਪਾਇਆ ਸੀਗਾ, ਲਸਣ ਟਮਾਟਰ ਪਿਆ ਸਾਰਾ ਐਨ ਵਿੱਚ ਘੁਲ ਗਿਆ, ਬਹੁਤ ਵਧੀਆ ਦਾਲ ਬਣੀ ਹੈ। ਥੋੜ੍ਹੀ ਜਿਹੀ ਗਾੜੀ ਲੱਗਦੀ ਹੈ ਪਰ ਆਪਾਂ ਆ ਕੇ ਜੀਰੇ ਦਾ ਤੜਕਾ ਲਾਵਾਂਗੇ ਅਤੇ ਉਦੋਂ ਥੋੜ੍ਹਾ ਪਾਣੀ ਵੀ ਐਡ ਕਰ ਲਵਾਂਗੇ। ਠੀਕ ਹੈ ਜੀ, ਹੁਣ ਆਪਾਂ ਇਹਨੂੰ ਕੁੱਕਰ ਨੂੰ ਬੰਦ ਕਰਕੇ ਚਲੇ ਜਾਂਦੇ ਹਾਂ। ਬਸ ਰੈਡੀ ਲਓ ਜੀ, ਆਪਣਾ ਵੀ ਸੂਟ ਦੇਖ ਲਓ, ਅੱਜ ਆਪਾਂ ਪਾਠ ਦੇ ਨਵਾਂ ਸੂਟ ਪਾ ਕੇ ਚੱਲੇ ਹਾਂ। ਇਹ ਹੈ ਇਹਦੇ ਨਾਲ ਦੁਪੱਟਾ ਰੈਡੀ ਹੋਇਆ ਆਪਣਾ, ਇੱਦਾਂ ਹੀ ਮਿਲਿਆ, ਮਤਲਬ ਰੈਡੀ ਕਰਾਇਆ ਨਹੀਂ ਆਪਾਂ, ਇਸ ਤਰ੍ਹਾਂ ਹੀ ਮਿਲਿਆ ਸੀ ਦੁਪੱਟਾ ਆਪਾਂ ਨੂੰ, ਅਤੇ ਇੱਦਾਂ ਹੀ ਮਿਲਿਆ ਸੂਟ ਅਤੇ ਲੇਸ ਵਗੈਰਾ ਲਵਾ ਕੇ ਆਪਾਂ ਇਹਦੀ ਸਟਿਚਿੰਗ ਆ ਜਿਹੜੀ ਉਹ ਇਸ ਤਰ੍ਹਾਂ ਕਰਾ ਲਈ ਹੈ। ਠੀਕ ਹੈ, ਕੈਸਾ ਲੱਗਿਆ ਮੇਰਾ ਸੂਟ ਸਾਰਿਆਂ ਨੂੰ ਜ਼ਰੂਰ ਦੱਸਿਓ ਬੀਬੀ, ਮੈਨੂੰ ਲੱਗਦਾ ਮੇਰੇ ਕੈਮਰਾ ਪੈਰਾਂ ਵੱਲ ਹੀ ਕਰੀ ਬੈਠੀ ਆ, ਪੈਰਾਂ ਵਾਲੀ ਮਾਰੀ ਸਾ ਸਲਵਾਰ ਜਿਵੇਂ ਨਹੀਂ ਸੀ ਕਿਵੇਂ ਸੰਟੀ ਆ, ਸਲਵਾਰ ਸਟੇਟ ਸਲਵਾਰ ਆ ਔਰ ਲੇਸਾਂ ਵਗੈਰਾ ਲੱਗੀਆਂ ਹੋਈਆਂ ਨੇ। ਵੈਸੇ ਇਹ ਸਟਾਫ ਇੱਦਾਂ ਹੀ ਮਿਲਿਆ ਸੀਗੇ, ਇਹ ਕੀਤਾ ਨਹੀਂ ਆ, ਪਿੰਟੈਕਸ ਇੱਦਾਂ ਹੀ ਪਏ ਪੁਆਏ ਮਿਲੇ ਸੀਗੇ ਅਤੇ ਲੇਸ ਇਨਸਰਟ ਕਰਾਈ ਹੋਈ ਹੈ। ਚਲੋ ਠੀਕ ਹੈ ਜੀ, ਚਲੋ ਜਮੀ ਮੱਚੀ ਸੜੀ ਗਈ, ਚਲ ਹੋਰ ਕੋਈ ਗੱਲ, ਮੈਂ ਇੱਕ ਵਾਰੀ ਸਟਾਰਟ ਕਰਦੀ ਹਾਂ ਥੋੜ੍ਹੀ ਜਿਹੀ, ਕਰ ਲਾ ਸਟਾਰਟ ਕਰਕੇ ਨਾ ਤਾਕੀ ਖੋਲਦੀ ਹਾਂ। ਕੱਪੜਾ ਮੈਨੂੰ ਅੰਦਰ ਹੀ ਸੀ, ਰੇਤਾ ਹੋ ਜਾਂਦਾ। ਚਲੋ ਠੀਕ ਹੈ ਜੀ, ਫਿਰ ਮਿਲਦੇ ਹਾਂ ਆਪਾਂ ਹੁਣ ਮਾਮਾ ਜੀ ਦੇ ਘਰ ਜਾ ਕੇ ਹੁਣ, ਅਤੇ ਗਰਮੀ ਬਹੁਤ ਆ, ਹੁਣ ਅਸੀਂ ਗੱਡੀ ਮਾੜੀ ਜਿਹੀ ਕਰੀਏ ਠੰਡੀ ਅਤੇ ਤੁਰੀਏ। ਓਹੋ ਹੋ ਬਾਹਲੀ ਗਰਮੀ ਹੈ, ਦੇਰੇ ਡੁੱਬਦਾ ਕਾਰ 'ਚ ਬਹਿ ਕੇ ਤਾਂ ਨਾਨਕ ਦੇ ਜਨ ਨਾਮ ਲੈ ਮੈਂ ਨੀਤ ਗੀਤ
ਸਤਿ ਸ਼੍ਰੀ ਅਕਾਲ ਤੇਰੀ ਮਾਮੀ ਅੱਗੇ ਲੱਗ ਗਈ ਸਤਿ ਸ਼੍ਰੀ ਅਕਾਲ ਬਹਿ ਜਾਓ ਕਿੰਨੇ ਵਜੇ ਅੱਛਾ ਠੀਕ ਹੈ ਕੈਨੇਡਾ ਪਹੁੰਚ ਜਾਂਗੇ ਰਾਜਸਥਾਨ ਥੋੜੀ ਗਏ ਆ ਹਰਿਆਣੇ ਗਏ ਆ ਹਰਿਆਣੇ ਚ ਸਰਸੇ ਸਰਸੇ ਸ਼ਾਮ ਨੂੰ ਪਤਾ ਦਾ ਫੋਨ ਆਇਆ ਅੱਛਾ ਕਹਿੰਦਾ ਮਾਮਾ ਜੀ ਅਸੀਂ ਸੀਗੇ ਬਾਹਰ ਫੋਨ ਤਾਂ ਆਉਂਦਾ ਸੀ ਮੈਂ ਮਾਮਾ ਜੀ ਹੁਣ ਜਾ ਕੇ ਗੱਲ ਕਰੂੰ ਫਿਰ ਉੱਥੇ ਮੈਂ ਮਾਮਾ ਜੀ ਅਸੀਂ ਬਾਹਰ ਕਹਿੰਦੀ ਮੈਂ ਚੱਲ ਪਈ ਲੱਗ ਗਈ ਕਿਹੜਾ ਚੱਲ ਗਏ ਨਾ ਫੋਨ ਤਾਂ ਚੱਲਦੇ ਨਾਲ ਦੀ ਨਾਲ ਅੰਦਰੋਂ ਨਿਕਲੇ ਆ ਨਾ ਠੰਡ ਮਾਸੀ ਤੇਰੇ ਵੀ ਸੀਗੀ ਲੱਗੀ ਮੈਂ ਆਪਣੇ ਚ ਪਾਣੀ ਦਾ ਬੈਗ ਰੱਖਿਆ ਗੱਡੀ ਉਧਰ ਖੜੀ ਹੈ ਇਹ ਗਲੀ ਬੰਦ ਆ ਅੱਗੇ ਕਿ ਜਾਂਦੀ ਅੱਗੇ ਵੀ ਚੰਗਾ ਅੱਛਾ ਠੀਕ ਆ ਫਿਰ ਉਹਨਾਂ ਨੇ ਉੱਥੇ ਰੱਖ ਲਿਆ ਸਾਨੂੰ ਜਿੱਤ ਗੱਲੀ ਬਹਿ ਬਹਿ ਜਾਵੜੇ 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 ਨਹੀਂ ਚੱਲ ਹੁਣ ਆ ਜਾਓ
ਚਾਬੀ ਰਹਿ ਗਈ ਆਪਣੀ ਉੱਥੇ, ਹੈ ਚਾਬੀ ਲਿਆਵਾਂ ਉਹ ਅੰਦਰ ਪਈ ਹੈ। ਲਓ ਜੀ ਪਾਠ ਹੋ ਗਿਆ ਅਤੇ ਹੁਣ ਆਪਾਂ ਚੱਲਦੇ ਹਾਂ ਆਪਣੇ ਆਪਣੇ ਘਰ, ਸ਼ਾਮ ਹੋ ਗਈ ਅਤੇ ਗੱਲਾਂ ਗੁੱਲਾਂ ਵੀ ਮਾਰ ਲਈਆਂ, ਚਾਹ ਪਾਣੀ ਪੀ ਲਿਆ ਅਤੇ ਹੁਣ ਚੱਲਦੇ ਹਾਂ ਘਰ ਅਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਕਿਸੇ ਨਵੇਂ ਵਲੋਗ ਦੇ ਵਿੱਚ। ਉਮੀਦ ਹੈ ਤੁਹਾਨੂੰ ਸਾਡਾ ਵਲੋਗ ਹੈ ਜਿਹੜਾ ਇਹ ਪਸੰਦ ਆਊਗਾ, ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਜ਼ਰੂਰ ਕਰ ਦਿਆ ਕਰੋ। ਚਲੋ ਜੀ ਫਿਰ ਮਿਲਦੇ ਹਾਂ ਨਵੇਂ ਵਲੋਗ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।